ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਗੌਰ ਸੰਗੀੜਾ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਦਾ ਨਾਰਥ ਪੰਜਾਬੀ ਨਿਊਜ਼ ਸ਼ੋਅ ਦੇ ਨਾਲ ਜਿੱਥੇ ਗੱਲਬਾਤ ਕਰਾਂਗੇ ਅਮਰੀਕਾ ਤੇ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰ ਲੈਂਦੇ ਹਾਂ ਮਨਦੀਪ ਸਿੰਘ ਜੀ ਤੋਂ ਦਾ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਿਲਕੁਲ ਇੰਦਰਪ੍ਰੀਤ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਨਦੀਪ ਜੀ ਪ੍ਰੋਗਰਾਮ ਦੇ ਵਿੱਚ ਅੱਜ ਕੁਝ ਖਾਸ ਅਸੀਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨੀ ਹੈ ਕੈਲਗਰੀ ਤੋਂ ਇੱਕ ਮਾਮਲਾ ਜਿਹਾ ਸਾਹਮਣੇ ਆਇਆ ਜਿੱਥੇ ਗੁਰੂ ਘਰ ਦੇ ਵਿੱਚ ਘਟਨਾ ਵਾਪਰੀ ਹੈ ਕੁਝ ਜਾਣੇ ਜ਼ਖਮੀ ਵੀ ਹੋਏ ਨੇ ਇਸ ਤੋਂ ਇਲਾਵਾ ਅਮਰੀਕਾ ਦੇ ਬਾਰਡਰ ਦੇ ਨਾਲ ਜੁੜੀ ਹੋਈ ਵੀ ਵੱਡੀ ਅਪਡੇਟ ਸਾਹਮਣੇ ਆਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਬਾਰਡਰ ਦੇ ਉੱਪਰ ਬੈਠੇ ਹੋਏ ਨੇ ਇਸ ਤੋਂ ਇਲਾਵਾ ਨਵੀਂ ਘਰਾਂ ਦੇ ਵਿੱਚ ਅੱਗ ਲੱਗਣ ਦੀ ਵੀ ਖਬਰ ਸਾਹਮਣੇ ਆਈ ਹੈ ਤੇ ਨਾਲ ਹੀ ਜਿਹੜੀ ਮੌਸਮ ਦੀ ਚੇਤਾਵਨੀ ਵੀ ਹੈ ਉਹ ਜਾਰੀ ਕੀਤੀ ਗਈ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ ਪ੍ਰੋਗਰਾਮ ਦੀ ਜਿਮਨਦੀਪ ਜੀ ਕੈਲਗਰੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਘਟਨਾ ਵਾਪਰੀ ਹੈ ਉੱਥੇ ਅਪਡੇਟ ਜਾਰੀ ਕਰਦੇ ਆ ਦੱਸਿਆ ਗਿਆ ਕਿ ਕੁਝ ਜ਼ਖਮੀ ਵੀ ਹੋਏ ਨੇ ਪੁਲਿਸ ਵੱਲੋਂ ਇਸ ਬਾਰੇ ਕੀ ਅਪਡੇਟ ਦਿੱਤੀ ਗਈ ਹੈ ਤੇ ਇਹ ਕੀ ਪੂਰਾ ਮਾਮਲਾ ਜਿਹੜਾ ਹੈ ਉਹ ਕੈਲਗਰੀ ਦੇ ਗੁਰੂ ਘਰ ਤੋਂ ਸਾਹਮਣੇ ਆਇਆ ਆ ਬਿਲਕੁਲ ਇੰਦਰਪੀਰ ਜੀ ਇਹ ਜਿਹੜੀ ਘਟਨਾ ਆ ਇਹ ਕਾਫੀ ਮਹਤਵਪੂਰਨ ਘਟਨਾ ਸੀ ਕਹਿ ਸਕਦੇ ਆ ਤੇ ਕਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਸੀ ਇਹ ਵਿਰੋਧ ਜਾਂ ਟਕਰਾਅ ਲਈ ਚੱਲ ਰਿਹਾ ਸੀ ਕੈਲਗਰੀ ਦੀ ਜੇਕਰ ਅਸੀਂ ਗੱਲ ਕਰੀਏ ਜਿੱਥੇ ਗੁਰਦੁਆਰਾ ਦਸ਼ਮੀਸ਼ ਕਲਚਰ ਸੈਂਟਰ ਦੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀ ਤੇ ਇਹ ਵਿਰੋਧ ਪ੍ਰਦਰਸ਼ਨ ਤਕਰੀਬਨ 24 ਦਸੰਬਰ ਨੂੰ ਜਿਹੜਾ ਉਹ ਸ਼ੁਰੂ ਹੋ ਗਿਆ ਸੀਗਾ ਸੋ ਲਗਭਗ 2 ਹਫ਼ਤੇ ਅਸੀਂ ਕਹਿ ਸਕਦੇ ਹਾਂ ਕਿ ਹੋ ਚੱਲਿਆ ਇਸ ਰੋਸ ਪ੍ਰਦਰਸ਼ਨ ਨੂੰ ਜਿਹਦੇ ਵਿੱਚ ਰੋਸ ਪ੍ਰਦਰਸ਼ਨ ਵਾਲੀ ਧਿਰ ਦਾ ਕਹਿਣਾ ਹੈ ਕਿ ਜਿਹੜੀ ਇਸ ਸਮੇਂ ਗੁਰਦੁਆਰਾ ਸਾਹਿਬ ਦੀ ਕਮੇਟੀ ਆ ਉਹਦੇ ਵਿੱਚ ਕੁਝ ਲੋਕ ਅਜਿਹੇ ਨੇ ਜੋ ਰਹਿਤ ਮਰਿਆਦਾ ਦਾ ਖਿਆਲ ਨਹੀਂ ਰੱਖਦੇ ਤੇ ਉਹਨਾਂ ਦੀ ਮੰਗ ਹੈ ਕਿ ਉਹ ਰਹਿਤ ਮਰਿਆਦਾ ਦਾ ਵੀ ਖਿਆਲ ਰੱਖਣ ਤੇ ਨਾਲ ਦੀ ਨਾਲ ਕਮੇਟੀ ਦੇ ਵਿੱਚੋਂ ਉਹ ਲੋਕ ਬਾਹਰ ਨਿਕਲ ਜਿਨ੍ਹਾਂ ਨੇ ਅਮਰਤ ਨਹੀਂ ਸ਼ਕਿਆ ਹੋਇਆ ਜਾਂ ਰਹਿਤ ਮਰਿਆਦਾ ਦਾ ਖਿਆਲ ਨਹੀਂ ਰੱਖ ਰਿਹਾ ਸੋ ਕਾਫੀ ਲੰਬਾ ਟਰੱਕ ਟਕਰਾ ਚੱਲ ਰਿਹਾ ਸੀ ਤੇ ਹੌਲੀ ਹੌਲੀ ਜਿਹੜੀਆਂ ਸੀ ਉਹ ਜਿਹੜੇ ਹਾਲਾਤ ਸੀ ਉਹ ਖਰਾਬ ਹੁੰਦੇ ਗਏ ਤੇ ਕੱਲ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕੱਲ ਦੀ ਘਟਨਾ ਦੀ ਕਵਰੇਜ ਕਾਫੀ ਮੇਨਸਟ੍ਰੀਮ ਮੀਡੀਆ ਦੇ ਵਿੱਚ ਵੀ ਹੋਈ ਆ ਕੁਝ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਲੜਾਈ ਦੀਆਂ ਇਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਹੜਾ ਕੈਲਗਰੀ ਪੁਲਿਸ ਦਾ ਬਿਆਨ ਹੈ ਉਹਨਾਂ ਨੇ ਇਹ ਦੱਸਿਆ ਕਿ ਇਸ ਲੜਾਈ ਦੇ ਵਿੱਚ ਜਿਹੜਾ ਉਹ ਤਕਰੀਬਨ 50 ਤੋਂ ਲੈ ਕੇ 100 ਵਿਅਕਤੀ ਸ਼ਾਮਲ ਸੀਗੇ ਤੇ ਉਹਨਾਂ ਨੇ ਪਰ ਇਸ ਗੱਲ ਦੀ ਖੈਰ ਬਣਾਈ ਕਿ ਇਸ ਲੜਾਈ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਹਥਿਆਰ ਜਿਹੜਾ ਆ ਉਹ ਨਹੀਂ ਵਰਤਿਆ ਗਿਆ ਹੱਥੋਂ ਪਾਈ ਜਿਹੜੀ ਜ਼ਰੂਰ ਹੋਈ ਆ ਤੇ ਇਸ ਤੇ ਸਬੰਧੀ ਪੁਲਿਸ ਨੇ ਇਹ ਵੀ ਦੱਸਿਆ ਕਿਪ ਦੋ ਕਵਾਰ ਪਹਿਲਾਂ ਵੀ ਪੁਲਿਸ ਨੂੰ ਕਾਲ ਜਿਹੜੀ ਸੀ ਉਹ ਕੀਤੀ ਗਈ ਸੀ ਹਾਲਾਂਕਿ ਪੁਲਿਸ ਦੀ ਨਜ਼ਰ ਲਗਾਤਾਰ ਇਸ ਇਵੈਂਟ ਤੇ ਬਣੀ ਹੋਈ ਸੀ ਪਹਿਲਾਂ ਵੀ ਪੁਲਿਸ ਇੱਥੇ ਆਉਂਦੀ ਰਹੀ ਆ ਪੁਲਿਸ ਨੂੰ ਸ਼ਿਕਾਇਤਾਂ ਹੁੰਦੀਆਂ ਰਹੀਆਂ ਪੁਲਿਸ ਨੂੰ ਜਾਣਕਾਰੀ ਜਾਂਦੀ ਰਹੀ ਆ ਸਾਰੀ ਵੀ ਉੱਥੇ ਕੀ ਹੋ ਰਿਹਾ ਉਸ ਤੋਂ ਬਾਅਦ ਜੇਕਰ ਅਸੀਂ ਕੱਲ ਦੀ ਗੱਲ ਕਰੀਏ ਤਾਂ ਪਹਿਲੀ ਕਾਲ ਪੁਲਿਸ ਨੂੰ ਜਿਹੜੀ ਸੀ ਉਹ 1:15 ਦੇ ਦੁਪਹਿਰ ਨੂੰ ਗਈ ਆ ਕਿ ਇੱਥੇ ਕੁਝ ਡਿਸਟਰਬੈਂਸ ਹੋਣ ਲੱਗੀ ਆ ਤਾਂ ਉਸ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ ਤੇ ਸਿਚੁਏਸ਼ਨ ਨੂੰ ਕਾਬੂਚ ਕੀਤਾ ਦੋਸਤੋ ਛੇਤੀ ਬਾਅਦ ਫਿਰ ਇੱਕ ਵਾਰੀ ਫੇਰ ਪੁਲਿਸ ਨੂੰ ਕਾਲ ਗਈ ਤੇ ਉਸ ਤੋਂ ਬਾਅਦ ਜਿਹੜੀ ਇਹ ਘਟਨਾ ਵਾਪਰੀ ਆ ਇਹ ਤਕਰੀਬਨ ਸ਼ਾਮ ਨੂੰ 7:45 ਮਿੰਟ ਤੇ ਵਾਪਰੀ ਆ ਜਦੋਂ ਦੋ ਗਰੁੱਪਾਂ ਦੇ ਵਿੱਚ ਹੱਥੋਂ ਪਾਈ ਹੋਈ ਆ ਸੋ ਤਰ੍ਹਾਂ ਤਰ੍ਹਾਂ ਦੇ ਦੋਸਤ ਜਿਹੜੇ ਉਹ ਲੱਗ ਰਹੇ ਨੇ ਪੁਲਿਸ ਨੇ ਇਸ ਮਾਮਲੇ 'ਚ ਹੱਲੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਕੋਈ ਕਿਸੇ ਤੇ ਹੱਲੇ ਚਾਰਜ ਨਹੀਂ ਲੱਗਾ ਸੋ ਜਿਹੜੀ ਰੋਸ ਪ੍ਰਦਰਸ਼ਨ ਕਰਨ ਵਾਲੀ ਧਿਰ ਆ ਉਹਦੇ ਇੱਕ ਬੁਲਾਰੇ ਗੁਰਪ੍ਰਤਾਪ ਵਿਦਵਾਨ ਹੋਣਾ ਨੇ ਇਹ ਦੋਸ਼ ਲਾਇਆ ਗੁਰਦੁਆਰਾ ਦੀ ਕਮੇਟੀ ਦੇ ਕਿ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਰਹਿਤ ਮਰਿਆਦਾ ਦਾ ਖਿਆਲ ਰੱਖਿਆ ਜਾਵੇ ਕਮੇਟੀ ਦੇ ਵਿੱਚੋਂ ਉਹ ਬੰਦੇ ਬਾਹਰ ਕੱਢੇ ਜਾਣ ਜਿਹੜੇ ਕਿ ਮਰਿਆਦਾ ਦਾ ਖਿਆਲ ਨਹੀਂ ਰੱਖਦੇ ਸੋ ਦੂਜੇ ਪਾਸੇੋਂ ਵੀ ਜੋ ਪ੍ਰਤੀਕਰਮ ਆਉਂਦਾ ਤਾਂ ਅਸੀਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਇਹ ਜੋ ਵੱਖ-ਵੱਖ ਮੇਨ ਅਦਾਰਿਆਂ ਦੇ ਵਿੱਚ ਜੋ ਮੇਨਸਟ੍ਰੀਮ ਮੀਡੀਆ ਵਿੱਚ ਜਿਹੜਾ ਇਹ ਬਿਆਨ ਲੱਗੇ ਉਹ ਅਸੀਂ ਤੁਹਾਡੇ ਸਾਹਮਣੇ ਤੇ ਜਿਹੜੇ ਸਾਂਝੇ ਕਰ ਰਹੇ ਆ ਕੁੱਲ ਵਲਾਕੇ ਜੇਕਰ ਅਸੀਂ ਕਹੀਏ ਤਾਂ ਕਾਫੀ ਮੰਦ ਭਾਗੀ ਘਟਨਾ ਜਿਹੜੀ ਇਹ ਵਾਪਰੀ ਹੈ ਜੀ ਮਨਦੀਪ ਜੀ ਐਡਮਿੰਟਨ ਤੋਂ ਇੱਕ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਜੁਥੇ ਨਵੇਂ ਘਰ ਬਣ ਰਹੇ ਸਨ ਇਨ੍ਹਾਂ ਨਵੇਂ ਬਣ ਰਹੇ ਘਰਾਂ ਦੇ ਵਿੱਚ ਅੱਗ ਲੱਗੀ ਹੈ ਕਾਫੀ ਨੁਕਸਾਨ ਇੱਥੇ ਹੋਣ ਦੇ ਬਾਰੇ ਵੀ ਦੱਸਿਆ ਜਾ ਰਿਹਾ ਇਸ ਬਾਰੇ ਕੀ ਹੈ ਪੂਰੀ ਅਪਡੇਟ ਅਤੇ ਇਹ ਘਟਨਾ ਜਿਹੜੀ ਹੈ ਉਹ ਕਿਵੇਂ ਵਾਪਰੀ ਜੀ ਬਿਲਕੁਲ ਐਡਮਿੰਟਨ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਸਵੇਰੇ ਇਹ ਘਟਨਾ ਵਾਪਰੀ ਅੱਜ ਤੜਕੇ ਜਿੱਥੇ ਇੱਕ ਸਾਊਥ ਐਡਵੈਂਟਨ ਦੇ ਵਿੱਚ ਜਿਹੜਾ ਘਰ ਹੱਲੇ ਉਸਾਰੀ ਅਧੀਨ ਸੀ ਉਹ ਸੜਨ ਦੀ ਉਹਦੀ ਖਬਰ ਸਾਹਮਣੇ ਆਈ ਆ ਤੇ ਇਹਦੇ ਨਾਲ ਹੀ ਇਹ ਵੀ ਖਬਰ ਸਾਹਮਣੇ ਆਈ ਆ ਕਿ ਅੱਗ ਇੰਨੀ ਭਿਆਨਕ ਸੀ ਇੰਨੀ ਜ਼ੋਰਦਾਰ ਸੀ ਕਿ ਇਹਦੇ ਨੇੜੇ ਜਿਹੜੇ ਹੋਰ ਜਿਹੜੇ ਨੌ ਘਰ ਸੀ ਉਹਨਾਂ ਦਾ ਵੀ ਥੋੜਾ ਥੋੜਾ ਨੁਕਸਾਨ ਜਿਹੜਾ ਇਸ ਅੱਗ ਦੇ ਨਾਲ ਹੋਇਆ ਕਈਆਂ ਨੂੰ ਸੀਕ ਲੱਗਾ ਜਾਂ ਕੋਈ ਹੋਰ ਨੁਕਸਾਨ ਜਿਹੜਾ ਵਾ ਉਹ ਜਿਹੜੇ ਨਾਲ ਘਰ ਸੀਗੇ ਉਹਨਾਂ ਨੂੰ ਵੀ ਹੋਇਆ ਸੋ ਕੁੱਲ ਮਿਲਾ ਕੇ ਇੱਕ ਘਰ ਪੂਰੀ ਤਰੀਕੇ ਨਾਲ ਸੁਆਹ ਹੋ ਗਿਆ ਜੋ ਹੱਲੇ ਬਣ ਰਿਹਾ ਸੀਗਾ ਤੇ ਨਾਲ ਦੇ ਜਿਹੜੇ ਨੌ ਘਰ ਆ ਉਹ ਨੁਕਸਾਨੇ ਗਏ ਆ ਸੋ ਇਹਦੀ ਸਬੰਧੀ ਹਲੀ ਦੀ ਜਾਂਚ ਪੁਲਿਸ ਵੱਲੋਂ ਚੱਲ ਰਹੀ ਹੈ ਕਿ ਆਖਰਕਾਰ ਕੀ ਇਹਦੇ ਪਿੱਛੇ ਕਾਰਨ ਕੀ ਨੇ ਕਿ ਕਿਉਂ ਇਹ ਘਟਨਾ ਵਾਪਰੀ ਆ ਇੱਥੇ ਜ਼ਿਕਰ ਜੋ ਹੈ ਕਿ ਪਿਛਲੇ ਦਿਨੀ ਬਹੁਤ ਸਾਰੇ ਘਰ ਜਿਹੜੇ ਸੀ ਉਹ ਸੜੇ ਨੇ ਜਿਹੜੇ ਉਹ ਸਾਰੀ ਅਧੀਨ ਸੀ ਕੁਝ ਸ਼ੋਅ ਘਰ ਸੀਗੇ ਐਡਮੈਂਟਨ ਦੇ ਵਿੱਚ ਜਿਹੜੇ ਮਾਮਲੇ ਚ ਕੁਝ ਵਿਅਕਤੀਆਂ ਨੂੰ ਚਾਰਜ ਵੀ ਕੀਤਾ ਕੁਝ ਨੌਜਵਾਨ ਸੀਗੇ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਤੇ ਉਹ ਜਿਹੜੇ ਮਾਮਲੇ ਸੀ ਉਹ ਫਰੋਤੀਆਂ ਨਾਲ ਜੁੜੇ ਹੋਏ ਸੀਗੇ ਸੋ ਹੁਣ ਦੇਖਦੇ ਆ ਕਿ ਇਸ ਸਬੰਧੀ ਪੁਲਿਸ ਕੀ ਜਾਂਚ ਕਰਦੀ ਆ ਕਿ ਪੁਲਿਸ ਦੀ ਉਸ ਕਾਰਵਾਈ ਤੋਂ ਬਾਅਦ ਹੱਲੇ ਵੀ ਉਹ ਕਟਨਾਵਾ ਵਾਪਰ ਰਹੀਆਂ ਨੇ ਜਾਂ ਫਿਰ ਇਹ ਅਗ ਕਿਸੇ ਹੋਰ ਕਾਰਨ ਲੱਗੀ ਹੈ ਇਸ ਸਬੰਧੀ ਹੱਲੇ ਸਾਫ ਨਹੀਂ ਹੋ ਸਕਿਆ ਘਟਨਾ ਅੱਜ ਹੀ ਵਾਪਰੀ ਹੈ ਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਜੀ ਮਨਦੀਪ ਜੀ ਇੱਕ ਹੋਰ ਬਾਰਡਰ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ 11000 ਦੇ ਕਰੀਬ ਲੋਕ ਜਿਹੜੇ ਨੇ ਉਹ ਬਾਰਡਰ ਦੇ ਉੱਪਰ ਬੈਠੇ ਹੋਏ ਨੇ ਇਹ ਲੋਕ ਅਲੱਗ-ਅਲੱਗ ਦੇਸ਼ਾਂ ਦੇ ਨਾਲ ਜੁੜੇ ਹੋਏ ਨੇ ਜ਼ਿਆਦਾਤਰ ਲੋਕ ਜਿਹੜੇ ਸੈਂਟਰਲ ਅਮਰੀਕੀ ਦੇਸ਼ ਨੇ ਉਹਨਾਂ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਮੌਜੂਦਾ ਸਮੇਂ ਬਾਰਡਰ ਦੇ ਉੱਪਰ ਕਈ ਥਾਵਾਂ ਦੇ ਉੱਪਰ ਸਖਤੀ ਹੋਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਬਡੀ ਗਿਣਤੀ ਦੇ ਵਿੱਚ ਜਿਹੜੇ ਕੇਸਸ ਨੇ ਉਹ ਪੈਂਡਿੰਗ ਪਏ ਹਨ ਉਸ ਦਾ ਵੀ ਸਮੇਂ-ਸਮੇਂ ਦੇ ਉੱਪਰ ਜ਼ਿਕਰ ਹੋ ਰਿਹਾ ਹੈ ਪਿਛਲੇ ਪ੍ਰੋਗਰਾਮ ਦੇ ਵਿੱਚ ਇਸ ਵਾਰ ਇੱਕ ਆંકੜਾ ਵੀ ਜਿਹੜਾ ਸੀ ਉਹ ਸੀ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਸੀ ਤੇ ਹੁਣ ਜਿਹੜੀ ਅਪਡੇਟ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਈ ਥਾਵਾਂ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਬੈਠੇ ਹੋਏ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਫੜਕੇ ਵੀ ਲਿਜਾਇਆ ਜਾ ਰਿਹਾ ਹੈ ਉੱਥੇ ਚੌਂਕੀਆਂ ਦੇ ਵਿੱਚ ਵੀ ਕਾਫੀ ਲੋਕ ਜਿਹੜੇ ਨੇ ਜਾਂ ਫਿਰ ਜਿਹੜੇ ਫੜ ਹੁੰਦੇ ਨੇ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਬੌਂਡ ਵੀ ਪਾਈ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਲਗਾਤਾਰ ਜਿਹੜੀ ਹੈ ਉਹ ਅਪਡੇਟ ਸਾਹਮਣੇ ਆ ਰਹੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਜਾਂ ਫਿਰ ਅਸੀਂ ਕਹਿ ਲਈਏ ਕਿ 3 ਸਾਲਾਂ ਤੋਂ ਬਾਰਡਰ ਦਾ ਮੁੱਦਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਬਾਈਡਨ ਪ੍ਰ ਤੋਂ ਲਗਾਤਾਰ ਸ਼ਕਤੀ ਦੀ ਜਿਹੜੀ ਉਹ ਮੰਗ ਕੀਤੀ ਜਾ ਰਹੀ ਹੈ ਪਿਛਲੇ ਸਾਲ ਦੇ ਜਿਹੜੇ ਅੰਕੜੇ ਸੀ ਉਹ ਵੀ ਕਾਫੀ ਹੈਰਾਨ ਕਰਨ ਵਾਲੇ ਸਨ ਤੇ ਹੁਣ ਇਹ ਜਿਹੜਾ ਮਾਮਲਾ ਹੈ ਉਹ ਹੋਰ ਵੀ ਜ਼ਿਆਦਾ ਜ਼ੋਰ ਫੜਦਾ ਜਾ ਰਿਹਾ ਹੈ ਇਸ ਦੇ ਪਿਛੇ ਇਹ ਵੀ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ ਕਿ ਹੁਣ ਚੋਣਾਂ ਜਿਹੜੀਆਂ ਨੇ ਉਹ ਕਾਫੀ ਨੇੜੇ ਨੇ ਸਿਆਸਤਦਾਨ ਇੱਕ ਦੂਸਰੇ ਨੂੰ ਕਈ ਮੁੱਦਿਆਂ ਦੇ ਉੱਪਰ ਘੇੜਦੇ ਹੋਏ ਦਿਖਾਈ ਦੇ ਰਹੇ ਨੇ ਤੇ ਵੱਡੀ ਤੌਰ ਦੇ ਉੱਪਰ ਜਿਹੜਾ ਹੈ ਉਹ ਜ਼ਿਆਦਾਤਰ ਮੁੱਦਾ ਬਾਰਡਰ ਦਾ ਹੀ ਚੁੱਕਿਆ ਜਾ ਰਿਹਾ ਹੈ ਬ੍ਰਿਟਿਸ਼ ਕੋਲੰਬੀਆ ਤੋਂ ਅਜਿਹਾ ਮਾਮਲਾ ਸਾਹਮਣੇ ਆ ਜਿੱਥੇ ਕੋਕਟਲਮ ਦੇ ਨਾਲ ਸਬੰਧਿਤ ਇੱਕ ਘਟਨਾ ਦੱਸੀ ਜਾ ਰਹੀ ਹੈ ਗੋਲੀਆਂ ਚਲੀਆਂ ਗੋਲੀ ਲੱਗਣ ਕਾਰਨ 21 ਸਾਲਾ ਦੀ ਮ ਕੀ ਇਹ ਪੂਰਾ ਮਾਮਲਾ ਇਸ ਵਾਰੀ ਪੁਲਿਸ ਵੱਲੋਂ ਕੀ ਅਪਡੇਟ ਦਿੱਤੀ ਗਈ ਹੈ ਅੱਜ ਬਿਲਕੁਲ ਇਹ ਘਟਨਾ ਵਾਪਰੀ ਸੀ ਕਿਟਲਮ ਦੇ ਵਿੱਚ ਬੀਤੇ ਦੇ ਨਹੀਂ ਜਿਹਦੇ ਵਿੱਚ ਹੁਣ ਖਬਰ ਸਾਹਮਣੇ ਆਈ ਆ ਕਿਉਂਕਿ ਗੋਲੀ ਚੱਲਣ ਦੀ ਖਬਰ ਤਾਂ ਪਹਿਲਾਂ ਸਾਹਮਣੇ ਆ ਗਈ ਸੀ ਸ਼ੁੱਕਰਵਾਰ ਸ਼ਾਮੀ ਜਿਹੜੀ ਇਹ ਘਟਨਾ ਵਾਪਰੀ ਸੀ ਸ਼ੁੱਕਰਵਾਰ ਜਿਸ ਵਕਤ ਅਸੀਂ ਇਹ ਪ੍ਰੋਗਰਾਮ ਕਰ ਰਹੇ ਸੀ ਉਸ ਵਕਤ ਇਹ ਖਬਰ ਸਾਹਮਣੇ ਆ ਗਈ ਸੀ ਕਿ ਉੱਥੇ ਗੋਲੀ ਚੱਲੀ ਆ ਪਰ ਇਹ ਨਹੀਂ ਸੀ ਸਾਹਮਣੇ ਆਇਆ ਕਿ ਨੁਕਸਾਨ ਕੀ ਹੋਇਆ ਵਾ ਸੋ ਇਹ ਪੁਲਿਸ ਨੇ ਹੁਣ ਜਿਹੜੀ ਜਾਣਕਾਰੀ ਦਿੱਤੀ ਆ ਕਿ ਗੋਲੀ ਚੱਲਣ ਦੇ ਨਾਲ ਇੱਕ 21 ਸਾਲਾ ਨੌਜਵਾਨ ਦੀ ਮੌਤ ਜਿਹੜੀ ਉਹ ਹੋ ਗਈ ਆ ਸੋ ਇੱਕ ਟਾਰਗੇਟਿੰਗ ਸ਼ੂਟਿੰਗ ਦੱਸੀ ਜਾ ਰਹੀ ਹੈ ਇਹ ਭੀੜ ਭੀੜ ਪਹਾੜ ਵਾਲਾ ਇਲਾਕਾ ਸੀ ਕਿਟਲਮ ਦਾ ਜਿੱਥੇ ਜਾ ਕੇ ਘਟਨਾ ਵਾਪਰੀ ਵੈਸਟਵੁੱਡ ਤੇ ਗਲੈਨ ਡਰਾਈਵ ਤੇ ਜਿਹੜੀ ਇਹ ਘਟਨਾ ਵਾਪਰੀ ਹੈ ਜਦੇ ਵਿੱਚ ਹੁਣ ਪੁਲਿਸ ਦਾ ਕਹਿਣਾ ਹੈ ਕਿ ਇੱਕ 21 ਸਾਲ ਦੇ ਨੌਜਵਾਨ ਦੀ ਮੌਤ ਇਸ ਘਟਨਾ ਵਿੱਚ ਹੋ ਗਈ ਹੈ ਮੌਸਮ ਸੰਬੰਧੀ ਜੋ ਚੇਤਾਵਨੀ ਹੈ ਉਹ ਜਾਰੀ ਕੀਤੀ ਗਈ ਹੈ ਕੁਝ ਹਿੱਸਿਆਂ ਦੇ ਵਿੱਚ 50 ਸੈਂਟੀਮੀਟਰ ਤੱਕ ਜਿਹੜੀ ਐ ਸਨੋ ਉਹ ਪੈਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਮੌਸਮ ਦੀ ਇਹ ਚੇਤਾਵਨੀ ਕਿਹੜੇ ਹਿੱਸੇ ਵਾਸਤੇ ਜਾਰੀ ਕੀਤੀ ਗਈ ਹੈ ਤੇ ਇਸ ਬਾਰੇ ਕੀ ਇਹ ਹੋਰ ਪੂਰੀ ਅਪਡੇਟ ਬਿਲਕੁਲ ਜੀ ਮੌਸਮ ਨੂੰ ਲੈ ਕੇ ਕੈਨੇਡਾ ਚ ਇਸ ਵਾਰ ਬੜੀ ਚਰਚਾ ਚੱਲ ਰਹੀ ਹੈ ਕਿਉਂਕਿ ਇਸ ਦੀ ਆਮ ਵਰਗਾ ਮੌਸਮ ਨਹੀਂ ਰਿਹਾ ਬਹੁਤ ਲੇਟ ਜਿਹੜੀ ਠੰਡ ਸ਼ੁਰੂ ਹੋਈ ਹੈ ਇਸ ਵੀਕਐਂਡ ਤੋਂ ਜੇਕਰ ਅਸੀਂ ਗੱਲ ਕਰੀਏ ਤਾਂ ਠੰਡ ਦੀ ਸ਼ੁਰੂਆਤ ਇਹ ਕਿਹਾ ਜਾ ਸਕਦਾ ਖਾਸ ਤੌਰ ਤੇ ਮੈਟਰੋ ਵੈਂਕੂਵਰ ਵਿੱਚ ਅੱਜ ਤੜਕੇ ਕੁਝ ਬਰਫਪਰੀ ਹੋਈ ਆ ਪਰ ਇਸ ਵੀਕਐਂਡ ਤੇ ਕੈਨੇਡਾ ਦੇ ਕੁਝ ਇਲਾਕਿਆਂ ਚ ਕਾਫੀ ਭਾਰੀ ਬਰਫਪਰੀ ਹੋਈ ਹੈ ਤੇ ਹੁਣ ਇਸ ਹਫਤੇ ਦੇ ਦੌਰਾਨ ਵੀ ਜਿਹੜੀ ਵਾਰਨਿੰਗ ਜਾਰੀ ਕੀਤੀ ਗਈ ਹੈ এনਵਾਇਰਨਮੈਂਟ ਕੈਨੇਡਾ ਵੱਲੋਂ ਅੱਗਲ ਪਹਿਲਾਂ ਬੀਸੀ ਦੀ ਕਰ ਲੈਂਦੇ ਆ ਜਿੱਥੇ ਅੱਜ ਮੈਟਰੋ ਬੈਂਕੋਰ ਚ ਹਲਕੀ ਜਿਹੀ ਬਰਫਬਾਰੀ ਹੋਈ ਪਰ ਬਹੁਤਾ ਇਹਦਾ ਅਸਰ ਨਹੀਂ ਪਿਆ ਕਿਉਂਕਿ ਹਲਕੀ ਬਰਫਬਾਰੀ ਸੀ ਪਰ ਕੋਕਾਹਲਾ ਹਾਈਵੇ ਜਿੱਥੇ ਅਸੀਂ ਗੱਲ ਕਰੀਏ ਤਾਂ ਉੱਥੇ ਅੱਜ ਇੱਕ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਜਾਣਿਆਂ ਨੂੰ ਜਿਹੜਾ ਉਹ ਹਸਪਤਲ ਭੇਜਿਆ ਗਿਆ ਜਿੱਥੇ ਇੱਕ 150 ਪਿਕਅਪ ਟਰੱਕ ਤੇ ਸੈਮੀ ਟਰੱਕ ਦੀ ਟੱਕਰ ਹੋਈ ਆ 에ਅਰ ਐਂਬੂਲੈਂਸ ਰਾਹੀਂ ਉੱਥੋਂ ਲੋਕਾਂ ਨੂੰ ਕੱਢਿਆ ਗਿਆ ਜੋ ਕਿ ਇਹਨਾਂ ਦਮਾ ਚ ਕਾਫੀ ਇਹ ਮੁਸ਼ਕਲ ਹਾਈਵੇ ਬਣ ਜਾਂਦਾ ਆ ਕੋਕਾਹਲਾ ਹਾਈਵੇ ਜਦੋਂ ਬਹੁਤ ਜ਼ਿਆਦਾ ਸਨੋਵ ਪੈ ਜਾਂਦੀ ਹੈ ਪਿਛਲੇ ਤੋਂ ਨਹੀਂ ਇੱਥੇ ਵੀ ਵਾਰਨਿੰਗ ਜਾਰੀ ਕੀਤੀ ਗਈ ਸੀ ਜਿਹੜੀ ਅੱਜ ਦੀ ਖਾਸ ਤੌਰ ਤੇ ਵਾਰਨਿੰਗ ਹੈ ਉਹ ਅੰਟਾਰੀਓ ਤੇ ਕਿਊਬਕ ਦੇ ਲਈ ਆ ਕਿਉਂਕਿ ਇੱਥੇ ਕਾਫੀ ਬਰਫੀਲੇ ਤੂਫਾਨ ਦੀ ਚੇਤਾਵਨੀ ਆ ਖਾਸ ਤੌਰ ਤੇ ਕਿਊਬਕ ਤੇ ਕੁਝ ਇਲਾਕਿਆਂ ਵਿੱਚ ਹਾਲਾਂਕਿ ਜੋ ਮੌਂਟਰੀਅਲ ਤੋਂ ਤਾਂ ਹਟਵੇਂ ਨੇ ਉੱਥੇ 40 ਸੈਂਟੀਮੀਟਰ ਤੱਕ ਦੀ ਬਰਫਪਾਰੀ ਜਿਹੜੀ ਹੋ ਸਕਦੀ ਆ ਤੇ ਇਹਦੇ ਨਾਲ-ਨਾਲ ਜੇਕਰ ਅਸੀਂ ਜੀਟੀਏ ਦੀ ਗੱਲ ਕਰੀਏ ਤਾਂ ਇਹਦੇ ਕੁਝ ਇਲਾਕਿਆਂ ਵਿੱਚ ਜਿੱਥੇ ਟ੍ਰਾਂਟੋ ਯੋਰਕ ਹੌਲਟਨ ਜਾਂ ਕੈਲਟਨ ਦੀ ਗੱਲ ਕਰੀਏ ਤਾਂ ਇੱਥੇ 5 ਤੋਂ 10 ਸੈਂਟੀਮੀਟਰ ਤੱਕ ਦੀ ਜਿਹੜੀ ਬਰਫ਼ ਦੀ ਬਾਰਿਸ਼ ਦੀ ਚਤਾਵਨੀ ਜਾਰੀ ਕੀਤੀ ਗਈ ਆ ਤੇ ਕੁਝ ਹਟਮਿਆਂ ਇਲਾਕਿਆਂ ਵਿੱਚ ਜਿਵੇਂ ਇਲੀਟ ਲੇਕ ਜਾਂ ਹੋਰ ਇਲਾਕੇ ਉੱਥੇ ਇਸ ਤੋਂ ਵੀ ਵੱਧ ਬਰਫ਼ਬਾਰੀ ਜਿਹੜੀ ਉਹ ਹੋ ਸਕਦੀ ਆ ਤੇ ਇਹਦੇ ਨਾਲ-ਨਾਲ ਤੇਜ਼ ਹਵਾਵਾਂ ਜਿਹੜੀਆਂ ਚੱਲ ਸਕਦੀਆਂ ਨੇ ਸੋ ਠੰਡ ਵੀ ਵਧੇਗੀ ਟੈਂਪਰੇਚਰ ਵੀ ਘਟੇਗਾ ਸੋ ਪੂਰੇ ਕੈਨੇਡਾ ਨੂੰ ਹੁਣ ਠੰਡ ਨੇ ਆਪਣੀ ਸਪੀਡ ਦੇ ਵਿੱਚ ਲਿਆ ਹੋਇਆ ਤੇ ਕਈ ਥਾਵਾਂ 'ਤੇ ਜਿਹੜੀ ਬਰਫ਼ਬਾਰੀ ਹੋਈ ਆ ਜਿੱਥੇ ਹਾਲਾਕੀ ਮੌਸਮ ਨਾਲੋਂ ਬਹੁਤ ਲੇਟ ਹੋਈ ਆ ਪਰ ਫਿਰ ਵੀ ਬਰਫ ਪਰ ਦੀ ਸ਼ੁਰੂਆਤ ਜਿਹੜੀ ਉਹ ਹੋ ਚੁੱਕੀ ਆ ਸੋ ਮੌਸਮ ਦੇ ਬਦਲਣ ਦੀ ਇਥੋਂ ਵੀ ਜਿਹੜੀ ਅਸੀਂ ਚਰਚਾ ਕਰ ਸਕਦੇ ਆ ਕਿ ਅੱਜ ਇੱਕ ਰਿਪੋਰਟ ਆਈ ਆ ਕਿ 2023 ਦੇ ਵਿੱਚ ਜਿਹੜਾ ਮੌਸਮ ਦਾ ਨੁਕਸਾਨ ਹੋਇਆ ਜਿਹੜੀ ਉਹਦੀ ਇਨਸ਼ੋਰੈਂਸ ਕਵਰੇਜ ਭਰਨੀ ਪਈ ਆ ਉਹਦਾ ਅੰਕੜਾ 3 ਬਿਲੀਅਨ ਤੋਂ ਜਿਹੜਾ ਉਹ ਟੱਪ ਗਿਆ ਵਾ ਸੋ ਜਿਹੜੇ ਟੌਪ 4 ਵਰਸਟ ਜਿਹੜੇ ਅਸੀਂ ਸਿਨੈਰੀਓ ਕਹਿ ਸਕਦੇ ਆ ਵੈਦ ਨੂੰ ਲੈ ਕੇ ਉਹਦੇ ਵਿੱਚ 2023 ਸ਼ਾਮਲ ਹੋ ਗਿਆ ਜਿਹਦੇ ਪਹੁੰਚ 3.1 ਬਿਲੀਅਨ ਦੀ ਜਿਹੜੀ ਕਵਰੇਜ ਆ ਉਹ ਵੈਦਰ ਨਾਲ ਜਿਹੜੇ ਹੋਏ ਨੁਕਸਾਨ ਦੀ ਜਿਹੜੀ ਭਰਨੀ ਪਈ ਹੈ ਜੇ ਚਾਹੀਏ ਅਸੀਂ ਅੱਗੇ ਦੀ ਗੱਲ ਕਰ ਲਈਏ ਹੜ੍ਹਾਂ ਦੀ ਗੱਲ ਕਰ ਲਈਏ ਜਾਂ ਹੋਰ ਜਿਹੜੇ ਇਸ ਤਰੀਕੇ ਦੇ ਕੁਦਰਤੀ ਆਫਤਾਂ ਦਾ ਨੁਕਸਾਨ ਹੁੰਦੇ ਆ 19 ਸਾਂ ਨੈਟ ਨ ਪੁਆਇੰਟ 1 ਬੁਲੀਆਂ ਤੱਕ ਪਹੁੰਚ ਗਿਆ ਕੈਨੇਡਾ ਵਾਲਿਆਂ ਦੇ ਲਈ ਇੱਕ ਵੱਡੀ ਖਬਰ ਮਨਦੀਪ ਜੀ ਸਾਹਮਣੇ ਆਈ ਹੈ ਜਿੱਥੇ ਹੁਣ 90 ਦਿਨਾਂ ਵਾਸਤੇ ਉਹ ਇੱਕ ਦੇਸ਼ ਦੇ ਵਿੱਚ ਜਾ ਸਕਦੇ ਨੇ ਜਿੱਥੇ ਉਹਨਾਂ ਨੂੰ ਟੂਰਿਸਟ ਵੀਜ਼ਾ ਵੀ ਜਿਹੜਾ ਹੈ ਉਹ ਹਾਸਲ ਨਹੀਂ ਕਰਨਾ ਪਏਗਾ ਇਹ ਜੋ ਮਾਮਲਾ ਹੈ ਉਹ ਟਰਕੀ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਟਰਕੀ ਵੱਲੋਂ ਐਲਾਨ ਕੀਤਾ ਗਿਆ ਤੇ ਕੈਨੇਡੀਅਨਸ ਨੂੰ ਇੱਕ ਵੱਡੀ ਰਾਹਤ ਜਿਹੜੀ ਉਹ ਦਿੱਤੀ ਗਈ ਹੈ ਤੇ ਇਸ ਬਾਰੇ ਹੁਣ ਕੀ ਹੈ ਪੂਰੀ ਅਪਡੇਟ ਕਿਹੜੀਆਂ ਸ਼ਰਤਾਂ ਦੇ ਉੱਪਰ ਜਿਹੜੇ ਕੈਨੇਡੀਅਨਸ ਨੇ ਬਿਨਾ ਵੀਜ਼ਾ ਦੇ ਯਾਨਕੀ ਟੂਰਿਸਟ ਵੀਜ਼ਾ ਦੇ 90 ਦਿਨਾਂ ਲਈ ਟਰਕੀ ਦੇ ਵਿੱਚ ਦਾਖਲ ਹੋ ਸਕਦੇ ਨੇ ਅੱਜ ਬਿਲਕੁਲ ਜੀ ਇਹ ਤੁਰਕੀ ਨੇ ਜਿਹੜਾ ਐਲਾਨ ਕੀਤਾ ਹੁਣ ਕੁਝ ਮੁਲਕਾਂ ਨੂੰ ਛੋਟ ਦਿੱਤੀ ਹੈ ਤੁਰਕੀ ਨੇ ਜਿਹਦੇ ਵਿੱਚ ਕੈਨੇਡਾ ਦਾ ਨਾਮ ਵੀ ਸ਼ਾਮਲ ਹੈ ਕਿ ਹੁਣ ਉਹਨਾਂ ਮੁਲਕਾਂ ਨੂੰ ਜਿਹੜਾ ਤੁਰਕੀ ਦਾ ਵਿਸਟਰ ਵੀਜ਼ਾ ਲੈਣ ਦੀ ਲੋੜ ਜਿਹੜੀ ਉਹ ਨਹੀਂ ਪਵੇਗੀ ਅ ਸਿਰਫ ਇੱਕ ਜਾਣਕਾਰੀ ਦੇਣੀ ਪਵੇਗੀ ਤਾਂ ਉਸ ਤੋਂ ਬਾਅਦ ਬਿਨਾ ਵੀਜ਼ੇ ਤੋਂ ਤੁਸੀਂ ਜਿਹੜਾ ਤੁਰਕੀ ਜਾ ਸਕਦੇ ਹੋ ਤੇ 90 ਦਿਨ ਉੱਥੇ ਜਾ ਕੇ ਰਹਿ ਵੀ ਸਕਦੇ ਹੋ ਇਹ ਜਿਹੜੀ ਅਨਾਊਂਸਮੈਂਟ ਕੀਤੀ ਗਈ ਹੈ ਇਹ ਦਸੰਬਰ ਦੇ ਵਿੱਚ ਕੀਤੀ ਗਈ ਸੀ ਅਖੀਲੇ ਅ ਹਫ਼ਤੇ ਦੇ ਵਿੱਚ ਲਗਭਗ 23 ਦਸੰਬਰ ਨੂੰ ਅਨਾਊਂਸਮੈਂਟ ਹੋਈ ਸੀ ਤੇ ਅਫੈਕਟ ਵਿੱਚ ਵੀ ਇਹ ਦਸੰਬਰ ਚ ਜਿਹੜਾ ਇਹ ਨਵਾਂ ਲਾਗੂ ਹੋ ਗਿਆ ਸੀ ਕਾਨੂੰਨ ਕੈਨੇਡੀਅਨਸ ਲਈ ਇਹ ਜਿਹੜਾ ਕਾਨੂੰਨ ਅਫੈਕਟ ਵਿੱਚ 26 ਦਸੰਬਰ ਤੋਂ ਆ ਗਿਆ ਸੀ ਜਿਹਦੇ ਵਿੱਚ ਇਹ ਸੀ ਕਿ ਹੁਣ ਵਿਸਟਰ ਵੀਜ਼ਾ ਲੈਣ ਦੀ ਲੋੜ ਨਹੀਂ ਇਸ ਕਰਕੇ ਤੁਸੀਂ ਸਿਰਫ ਜਾਣਕਾਰੀ ਦੇ ਕੇ ਤੇ 90 ਦਿਨ ਲਈ ਉੱਥੇ ਜਾ ਕੇ ਰਹਿ ਸਕਦੇ ਹੋ ਘੁੰਮ ਸਕਦੇ ਹੋ ਪਰ ਇਹਦੇ ਨਾਲ ਨਾਲ ਇਹ ਵੀ ਆ ਕਿ ਜੇਕਰ ਤੁਸੀਂ ਉੱਥੇ ਸਟੱਡੀ ਕਰਨੀ ਆ ਕੰਮ ਕਰਨ ਆਇਆ ਜਾਂ ਤੁਸੀਂ ਉੱਥੇ ਜਾ ਕੇ ਕੋਈ ਇਲਾਜ ਕਰਾਉਣਾ ਆ ਭਾਵੇਂ ਕਿ ਸਟੱਡੀ ਵਰਕ ਤੇ ਮੈਡੀਕਲ ਵੀਜ਼ੇ ਜਿਹੜੇ ਉਸੇ ਤਰੀਕੇ ਨਾਲ ਤੁਹਾਨੂੰ ਲੈਣੇ ਪੈਣਗੇ ਅਵਿਸਟਰ ਵੀਜ਼ਾ ਤੋਂ ਛੋੜ ਦਿੱਤੀ ਗਈ ਹੈ ਇਹ ਸਿਰਫ ਕੈਨੇਡਾ ਲਈ ਨਹੀਂ ਕੁਝ ਹੋਰ ਵੀ ਮੁਲਕ ਇਸ ਜਿਹੜੇ ਲਿਸਟ ਵਿੱਚ ਤੁਰਕੀ ਨੇ ਸ਼ਾਮਲ ਕੀਤੇ ਨੇ ਜਿਹਦੇ ਵਿੱਚ ਅਮਰੀਕਾ ਦਾ ਵੀ ਨਾਮ ਆਉਂਦਾ ਬਹਿਰੀਨ ਯੂਏਈ ਓਮਾਨ ਸਾウਦੀ ਅਰਬ ਤੇ ਉਸ ਤੋਂ ਬਾਅਦ ਫਿਰ ਕੈਨੇਡਾ ਦਾ ਨਾਮ ਆਉਂਦਾ ਸੋ ਇਹ ਸਾਰੇ ਮੁਲਕਾਂ ਜਿਹੜੇ ਸਿਟੀਜ਼ਨ ਨੇ ਲੋਕ ਨੇ ਹੁਣ ਬਿਨਾ ਵੀਜ਼ੇ ਤੋਂ ਤੁਰਕੀ ਜਾ ਸਕਦੇ ਨੇ ਲੰਬੇ ਦਿਨ ਜਾ ਕੇ ਉੱਥੇ ਰਹਿ ਸਕਦੇ ਨੇ ਤੇ ਜੇ ਦੁਬਾਰਾ ਰੀ-ਐਂਟਰ ਕਰਨਾ ਤਾਂ ਪਰ ਤੁਹਾਨੂੰ ਫਿਰ 90 ਦਿਨ ਬਾਅਦ ਰਹਿ ਕੇ ਦੁਬਾਰਾ ਤੁਸੀਂ ਫੇਰ 90 ਦਿਨ ਬਾਅਦ ਰੀਐਂਟਰ ਜਿਹੜੇ ਉਹ ਤੁਰਕੇ ਚ ਕਰ ਸਕਦੇ ਹੋ ਸੋ ਇਹ ਜਿਹੜੀਆਂ ਅਪਡੇਟਸ ਨੇ ਉਹਨਾਂ ਦੀ ਵੈਬਸਾਈਟ ਤੇ ਵੀ ਹੋ ਗਈਆਂ ਹਨ ਜੀ ਮਨਦੀਪ ਜੀ ਬਾਰਡਰ ਦੇ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਹੁਣ ਜਿਹੜੇ ਮੈਕਸੀਕੋ ਹੈ ਮੈਕਸੀਕੋ ਵੱਲੋਂ 20 ਬਿਲੀਅਨ ਡਾਲਰ ਜਿਹੜੇ ਨੇ ਉਹ ਬਾਈਡਨ ਪ੍ਰਸ਼ਾਸਨ ਤੋਂ ਮੰਗੇ ਗਏ ਹਨ ਇਸ ਬਾਰੇ ਮੈਕਸੀਕੋ ਦੀ ਰਾਸ਼ਟਰਪਤੀ ਵੱਲੋਂ ਜਿਹੜੀ ਹੈ ਉਹ ਮੰਗ ਕੀਤੀ ਗਈ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਜੇ ਅਮਰੀਕਾ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਰਡਰ ਪਾਰ ਕਰਦੇ ਨੇ ਉਹਨਾਂ ਦਾ ਆਂਕੜਾ ਨਹੀਂ ਰੁਕ ਰਿਹਾ ਤਾਂ ਸਖਤੀ ਅਸੀਂ ਕਰ ਸਕਦੇ ਹਾਂ ਪਰ ਇਸ ਵਾਸਤੇ ਸਾਨੂੰ 20 ਬਿਲੀਅਨ ਡਾਲਰ ਦੀ ਜਿਹੜੀ ਹੈ ਉਹ ਜ਼ਰੂਰਤ ਪਵੇਗੀ ਮੈਕਸੀਕੋ ਦੇ ਰਾਸ਼ਟਰਪਤੀ ਵੱਲੋਂ ਇਸ ਬਾਰੇ ਕਾਫੀ ਗੱਲਾਂ ਦੀ ਸਾਂਝ ਪਾਈ ਦੱਸਿਆ ਕਿ ਜੋ ਅਧਿਕਾਰੀਆਂ ਦੀ ਮੁਲਾਕਾਤ ਹੋਈ ਸੀ ਜਿਸ ਦੇ ਵਿੱਚ ਬਾਈਡਨ ਪ੍ਰਸ਼ਾਸਨ ਜਿਹੜਾ ਹੈ ਉਹ ਵੀ ਜਾਨਕੀ ਐਡਮਿਨਿਸਟ੍ਰੇਸ਼ਨ ਦੇ ਨਾਲ ਜੁੜੇ ਹੋਏ ਲੋਕ ਵੀ ਸ਼ਾਮਿਲ ਹੋਏ ਸਨ ਇੱਥੇ ਜੋ ਹੈ ਮੀਟਿੰਗ ਦੇ ਵਿੱਚ ਕਾਫੀ ਗੱਲਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਬਾਰਡਰ ਦੇ ਉੱਪਰ ਸਖਤੀ ਕਰਨ ਦੀ ਗੱਲ ਕੀਤੀ ਗਈ ਹੈ ਤੇ ਮੈਕਸੀਕੋ ਦੇ ਰਾਸ਼ਟਰਪਤੀ ਨੇ ਇਹ ਕਿਹਾ ਹੈ ਕਿ ਉਹ ਸਖਤੀ ਦਾ ਕਰ ਲੈਣਗੇ ਪਰ ਇਸ ਵਾਸਤੇ ਉਹਨਾਂ ਨੂੰ ਜਿਹੜੇ ਨੇ ਉਹ ਪੈਸਿਆਂ ਦੀ ਜ਼ਰੂਰਤ ਪੈਗੀ ਇਸ ਸਬੰਧੀ ਮੰਗ ਜਿਹੜੀ ਹੈ ਉਹਨਾਂ ਵੱਲੋਂ ਬਾਈਡਨ ਪ੍ਰਸ਼ਾਸਨ ਕੋਲੋਂ ਕੀਤੀ ਗਈ ਹੈ ਦੱਸ ਦਈਏ ਕਿ ਮੈਕਸੀਕੋ ਦੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਬਾਰਡਰ ਪਾਰ ਕੀਤਾ ਜਾਂਦਾ ਇਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਅਪਡੇਟਸ ਨੇ ਉਹ ਸਮੇਂ-ਸਮੇਂ ਦੇ ਉੱਪਰ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਨਾਲ ਹੀ ਇੱਕ ਹੋਰ ਅਹਿਮ ਗੱਲ ਦੱਸ ਦਈਏ ਕਿ ਜਿਹੜੇ ਕੁਝ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਜਾਂ ਫਿਰ ਲੋਕ 10 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਵੱਲੋਂ ਕੰਮਕਾਜ ਇੱਥੇ ਕੀਤਾ ਜਾ ਰਿਹਾ ਉਹਨਾਂ ਨੂੰ ਵੀਜ਼ਾ ਜਿਹੜਾ ਹੈ ਉਹਨਾਂ ਨੂੰ ਦੇਣ ਦੀ ਵੀ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਇੱਕ ਹੋਰ ਗੱਲ ਦਾ ਜ਼ਿਕਰ ਹੋਇਆ ਜਿੱਥੇ ਪਿਛਲੇ ਕੁਝ ਦਿਨ ਪਹਿਲਾਂ バス ਦੇ ਵਿੱਚ ਜਿਹੜੇ ਲੋਕ ਜਾ ਰਹੇ ਸਨ ਮਾਈਗ੍ਰੈਂਟਸ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਬਾਰਡਰ पार ਕੀਤਾ ਜਾਣਾ ਸੀ ਉਹਨਾਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ 31 ਦੇ ਕਰੀਬ ਇਹ ਲੋਕ ਨੇ ਜਿਹੜੇ ਕਿ ਵੈਨਿਜ਼ੁਏਲਾ ਤੇ ਇੱਕ ਹੋਰ ਦੇਸ਼ ਦੇ ਨਾਲ ਜੁੜੇ ਹੋਏ ਦੱਸੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਪਹਿਲਾਂ ਹੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤੇ ਹੁਣ ਜਦੋਂ ਇਹਨਾਂ ਨੂੰ ਅਗਵਾ ਕੀਤਾ ਗਿਆ ਕਿਡਨੈਪ ਕੀਤਾ ਗਿਆ ਹਥਿਆਰਬੰਦ ਲੋਕਾਂ ਵੱਲੋਂ ਤੇ ਉਹਨਾਂ ਵੱਲੋਂ ਪਰਿਵਾਰ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਫੋਨ ਕੀਤੇ ਜਾ ਰਹੇ ਨੇ ਉਹਨਾਂ ਕੋਲੋਂ ਪੈਸੇ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹੁਣ ਜਿਹੜੇ ਮੈਕਸੀਕੋ ਦੇ ਰਾਸ਼ਟਰਪਤੀ ਨੇ ਉਹ ਕਹਿ ਰਹੇ ਹਨ ਕਿ ਇਸ ਤਰ੍ਹਾਂ ਦੇ ਮਾਮਲੇ ਵੀ ਜਿਹੜੇ ਨੇ ਉਹ ਉਹਨਾਂ ਵੱਲੋਂ ਰੋਕੇ ਜਾਣਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਣ ਇਸ ਵਾਸਤੇ ਉਹਨਾਂ ਵੱਲੋਂ ਇੱਕ ਮਦਦ ਦੀ ਜਿਹੜੀ ਹੈ ਉਹ ਮੰਗ ਕੀਤੀ ਗਈ ਹੈ ਜੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਈ ਵੱਡੀਆਂ ਖਬਰਾਂ ਦੇ ਉੱਪਰ ਸਾਂਝ ਪਾਈ ਹੈ ਬਾਕੀ ਅਪਡੇਟਸ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਲਹਾਲ ਸਾਨੂੰ ਦਿਓ ਇਚਾਸਾ